ਫਾਜ਼ਿਲਕਾ ਦੇ ਵਿੱਚ ਅਫਸਰਾਂ ਨੇ ਜਿਹੜੇ ਸਾਡੇ ਮੁਲਾਜ਼ਮ ਨੇ ਸਰਕਾਰੀ, ਉਹਨਾਂ ਨੇ ਆਵਾਜ਼ਾਂ ਮਾਰ ਮਾਰ ਕੇ ਬੁਲਾ ਬੁਲਾ ਕੇ ਐਮਿਸ਼ਨ ਜਿਹੜੀਆਂ ਉਹ ਲੋਕਾਂ ਨੂੰ ਦਿੱਤੀਆਂ। ਔਰ ਅੱਜ ਬੜਾ ਹੀ ਸ਼ਾਂਤੀ ਨਾਲ ਜਿਹੜਾ ਨੋਮੀਨੇਸ਼ਨ ਦਾ ਜਿਹੜਾ ਪ੍ਰੋਸੈਸ ਸੀਗਾ ਉਹ ਫਾਜ਼ਿਲਕਾ ਦੇ ਵਿੱਚ ਪੂਰਾ ਹੋਇਆ। ਔਰ ਜਿਹੜਾ ਮੁਲਾਜ਼ਮ ਨੇ, ਜਿਹੜਾ ਸਾਡਾ ਪ੍ਰਸ਼ਾਸਨ ਹੈ, ਬਹੁਤ ਚੰਗਾ ਇਹਨਾਂ ਨੇ ਜਿਹੜਾ ਕੰਮ ਕੀਤਾ। ਉਹ ਜਿਹੜੇ ਸਾਡੇ ਉੱਥੇ ਪ੍ਰਸ਼ਾਸਨ ਜਿਹਨਾਂ ਡਿਊਟੀਆਂ ਲੱਗੀਆਂ ਨੇ ਉਹ ਬੈਠੇ ਉੱਥੇ, ਜਿਹੜਾ ਸਾਡਾ ਐਮਆਰ ਕਾਲਜ ਬਣਿਆ ਸੀ ਉੱਥੇ ਕਾਗਜ਼ ਪਰ ਜਗ੍ਹਾ ਬਣਾਈ ਗਈ, ਉਹ ਹਜੇ ਵੀ ਅਫਸਰ ਜਿਹੜੇ ਨੇ ਬੈਠੇ ਨੇ। ਔਰ ਜਦੋਂ ਤੱਕ ਲਾਸਟ ਫਾਈਲ ਜਿਹੜੀ ਉੱਥੇ ਭਰੀ ਨਹੀਂ ਜਾਂਦੀ ਉਦੋਂ ਤੱਕ ਸਾਰੇ ਅਫਸਰ ਉੱਥੇ ਬੈਠੇ ਰਹਿਣ। ਔਰ ਇੱਕ ਇੱਕ ਜਿਹੜਾ ਕੋਈ ਵੀ ਜਿਹੜਾ ਸਾਡਾ ਫਾਜ਼ਿਲਕਾ ਹਲਕੇ ਦਾ ਵਾਸੀ, ਕੋਈ ਵੀ ਚੋਣ ਲੜਨਾ ਚਾਹੁੰਦਾ, ਸਰਪੰਚ ਦੀ ਚੋਣ ਲੜਨਾ ਚਾਹੁੰਦਾ, ਚਾਹੇ ਪੰਚ ਦੀ ਚੋਣ ਲੜਨਾ ਚਾਹੁੰਦਾ, ਕੋਈ ਮਰਜ਼ੀ ਹੈ, ਹਰ ਇੱਕ ਦਾ ਜਿਹੜਾ ਉੱਥੇ ਫਾਈਲ ਹੈ ਲੈ ਕੇ ਭਰੀ ਜਾਊਗੀ। ਔਰ ਜਿੰਨਾ ਮਰਜ਼ੀ ਦੇਰ ਲੱਗੇ ਅਫਸਰ ਸਾਹਿਬਾਨ ਨੇ ਜਿਹੜੇ ਪ੍ਰਸ਼ਾਸਨ ਸਾਰਿਆਂ ਨਾਲ, ਦੇਖੋ ਕਿਸੇ ਵੀ ਕੈਂਡੀਡੇਟ ਨੂੰ ਜਾਂ ਕਿਸੇ ਵੀ MLA ਨੂੰ ਇੰਨੀ ਵੋਟ ਪਈ ਹੋਵੇ ਤਾਂ ਮੈਂ ਵੀ ਇਹ ਜਿਹੜੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਲੋਕਾਂ ਨੂੰ ਵੀ ਖੁੱਲ੍ਹ ਕੇ ਇਲੈਕਸ਼ਨ ਲੜਨ ਦੇਣਾ ਜੀ, ਆਪਾਂ ਕਿਸੇ ਨਾਲ ਕੋਈ ਧੱਕਾ ਨਹੀਂ ਆਉਣ ਦੇਣਾ, ਕੋਈ ਮਰਜ਼ੀ ਇੱਥੇ ਫਾਜ਼ਿਲਕਾ ਦੇ ਵਿੱਚ ਜੋ ਇਲੈਕਸ਼ਨ ਲੜਨਾ ਚਾਹੁੰਦਾ ਚਾਹੇ ਪੰਚ ਦਾ ਚਾਹੇ ਸਰਪੰਚ ਦਾ ਲੜ ਸਕਦਾ, ਲੜ ਸਕਦਾ, ਕਿਉਂਕਿ ਵੇਖੋ ਇਹ ਭਾਈਚਾਰਕ ਸਾਂਝ ਮਜ਼ਬੂਤ ਰਹਿਣੀ ਚਾਹੀਦੀ ਹੈ। ਦੇਖਿਆ ਹੁਣ ਅੱਜ ਸਾਡੇ ਜਿਹੜੇ ਬਲਾਕ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹ ਵੀ ਅੱਜ ਲਾਈਨਾਂ ਵਿੱਚ ਲੱਗੇ ਹੋਏ, ਲਾਈਨਾਂ 'ਚ ਲੱਗੇ ਹੋਏ। ਸਾਡੇ ਜਿਹੜੇ ਸੀਨੀਅਰ ਆਗੂ ਸਾਹਿਬਾਨ ਨੇ ਉਹ ਵੀ ਅੱਜ ਵੇਖੋ ਲਾਈਨਾਂ 'ਚ ਲੱਗੇ ਹੋਏ, ਤਾਂ ਮੈਂ ਸਾਰਿਆਂ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਗੂ ਸਾਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਆਪਾਂ ਦੇਖੋ ਜਿਹੜਾ ਇਲੈਕਸ਼ਨ ਹੈ ਬਿਲਕੁਲ ਸਾਫ਼ ਸੁਥਰਾ ਸਹੀ ਤਰੀਕੇ ਨਾਲ ਆਪਾਂ ਪ੍ਰਸ਼ਾਸਨ ਦੀ ਮਦਦ ਕਰਨੀ, ਇਲੈਕਸ਼ਨ ਹੋਣ ਦੇਣਾ, ਤਾਂ ਸਾਰੇ ਵਰਕਰਾਂ ਦੇ ਮੈਂ ਸ਼ਲਾਘਾ ਕਰਦਾ ਉਹਨਾਂ ਨੇ ਸਾਰਿਆਂ ਨੇ ਵੇਖੋ ਬੜੇ ਹੀ ਤਰੀਕੇ ਨਾਲ ਉਹਨਾਂ ਨੇ ਤਾਂ ਵੇਖੋ ਚਾਹੇ ਕੋਈ ਕਾਂਗਰਸੀ ਪਾਰਟੀ ਦਾ ਸੀਗਾ, ਚਾਹੇ ਕੋਈ ਅਕਾਲੀ ਦਲ ਦਾ, ਚਾਹੇ ਕੋਈ BJP ਦਾ, ਵੇਖੋ ਸਾਡੇ ਵਰਕਰ ਅੱਜ ਉਹਨਾਂ ਦੀ ਮਦਦ ਕਰਦੇ ਨਜ਼ਰ ਆਏ। ਗੇਟ 'ਤੇ ਵੇਖਣ ਨੂੰ ਮਿਲ ਰਿਹਾ ਸੀ ਕੁਝ ਵਰਕਰ ਤੁਹਾਡੇ ਗੇਟ 'ਤੇ ਖੜ੍ਹੇ ਸੀ, ਮੈਂ ਵੇਖ ਰਿਹਾ ਸੀ ਵੀ ਇਹ ਗੇਟ 'ਤੇ ਕੀ ਕਰ ਰਿਹਾ, ਉਹ ਕਈਆਂ ਨੂੰ ਵੇਖਣ 'ਤੇ ਐਂ ਲੱਗ ਰਿਹਾ ਵੀ ਇਹ ਫਾਈਲਾਂ ਫੜਨਗੇ, ਪਰ ਜਦੋਂ ਉਹ ਸਾਈਡ 'ਤੇ ਖੜ੍ਹ ਕੇ ਅਸੀਂ ਵੇਖਿਆ ਤਾਂ ਉਹ ਪੁੱਛਦੇ ਸੀ ਅਗਰ ਕਿਸੇ ਦੀ ਫਾਈਲ ਰਹਿੰਦੀ ਹੈ ਤਾਂ ਤੁਸੀਂ ਵੀ ਆ ਕੇ ਭਰੋ। ਕਿਸੇ ਇੱਕ ਨਿੱਜੀ ਚੈਨਲ ਨੇ ਉੱਥੇ ਇੱਕ ਪਿੰਡ ਦੀ ਸੱਥ ਦਾ ਪ੍ਰੋਗਰਾਮ ਕਰਵਾਇਆ ਸੀ, ਇੱਕ ਨੌਜਵਾਨ ਨੇ, ਤੁਹਾਡੀ ਗੱਲ ਨੂੰ ਅੱਗੇ ਤੋਰਿਆ, ਨੌਜਵਾਨ ਨੇ ਇੱਕ ਸਰਪੰਚ 'ਤੇ ਐਲੀਗੇਸ਼ਨ ਲਗਾਇਆ ਕਿ 10 ਸਾਲ ਪਹਿਲਾਂ ਇਹ ਸਰਪੰਚ ਸੀ ਅਤੇ ਪਿੰਡ ਦੀ ਸਾਰੀ ਗ੍ਰਾਂਟ ਖਾ ਗਿਆ, ਤਾਂ ਉਹਨੇ ਖੜ੍ਹਾ ਹੋ ਕੇ ਕਿਹਾ ਵੀ ਮੈਂ ਪਿੰਡ ਦੀ ਗ੍ਰਾਂਟ ਖਾਧੀ ਏ, ਮੈਂ ਸ਼ਰੇਆਮ ਖਾਧੀ ਏ, ਕਹਿੰਦਾ ਕਿਉਂਕਿ ਜਦੋਂ ਮੈਂ ਸਰਪੰਚ ਬਣਿਆ ਸੀ ਇਹਨਾਂ ਨੇ ਮੇਰੇ ਤੋਂ ਸ਼ਰਾਬ ਮੰਗੀ, ਮੈਂ ਵੰਡਤੀ, ਇਹਨਾਂ ਨੇ ਮੇਰੇ ਤੋਂ ਮੱਧਿਆ ਪ੍ਰਦੇਸ਼ ਦੀ ਭੁੱਕੀ ਮੰਗੀ, ਮੈਂ ਉੱਥੋਂ ਭੁੱਕੀ ਲਿਆ ਕੇ ਮੇਰੇ ਘਰ ਚੱਕੀ ਚੱਲਦੀ ਰਹੀ, ਮੈਂ ਭੁੱਕੀ ਵੀ ਵੰਡੀ। ਉਹ ਕਹਿੰਦਾ ਮੇਰੇ ਪਿਓ ਨੇ ਬੜੇ ਰੀਝ ਦੇ ਨਾਲ, ਬੜੀ ਇਮਾਨਦਾਰੀ ਦੇ ਨਾਲ ਪੈਸਾ ਜੋੜਿਆ ਸੀ, ਉਹ ਪੈਸਾ ਪਿੰਡ ਦੇ ਲੋਕਾਂ ਨੇ ਲਵਾਤਾ ਦਾਰੂ ਨਸ਼ੇ ਅਤੇ ਪੋਸਟ 'ਤੇ, ਕਹਿੰਦਾ ਜਦੋਂ ਗ੍ਰਾਂਟ ਆਈ ਉਹੀ ਗ੍ਰਾਂਟ ਮੈਂ ਖਾ ਗਿਆ, ਮੈਂ ਇਹਨਾਂ ਦਾ ਵਿਕਾਸ ਨਹੀਂ। ਗੱਲ ਉਹੀ ਹੈ ਕਿ ਅਗਰ ਤੁਸੀਂ ਸਾਫ਼ ਸੁਥਰਾ ਸਰਪੰਚ ਚੁਣੋਗੇ, ਕਿਸੇ ਕੋਲ ਪੈਸੇ ਨਹੀਂ ਲਓਗੇ, ਸ਼ਰਾਬ ਨਾ ਪੀਓਗੇ, ਉਹਦਾ ਖਰਚਾ ਘੱਟ ਤੋਂ ਘੱਟ ਹੋਏਗਾ ਤਾਂ ਵੱਧ ਤੋਂ ਵੱਧ ਪਿੰਡ ਦੇ ਵਿਕਾਸ ਕਰੇਗਾ। ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਮਾਹੌਲ ਭਖਿਆ ਵੇਖਣ ਨੂੰ ਮਿਲ ਰਿਹਾ, ਉੱਥੇ ਹੀ ਫਾਜ਼ਿਲਕਾ ਦੀ ਗੱਲ ਕਰਾਂਗੇ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਮਣਾ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਫਾਜ਼ਿਲਕਾ ਦਾ ਮਾਹੌਲ ਅੱਜ ਕਿਵੇਂ ਰਿਹਾ, ਕਿੰਨੀਆਂ NOC ਦਿੱਤੀਆਂ ਗਈਆਂ, ਕਿਸ ਤਰ੍ਹਾਂ ਦਿੱਤੀਆਂ ਗਈਆਂ, ਔਰ ਅੱਗੇ ਦਾ ਕੀ ਪ੍ਰੋਗਰਾਮ ਹੈ। ਵਿਧਾਇਕ ਸਾਹਿਬ, ਸਭ ਤੋਂ ਪਹਿਲਾਂ ਜਗਬਾਣੀ ਪੰਜਾਬ ਕੇਸਰੀ 'ਚ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਔਰ ਧੰਨਵਾਦ ਤੁਹਾਡਾ, ਜਗਬਾਣੀ ਦੀ ਸਾਰੀ ਟੀਮ ਦਾ। ਅੱਜ ਨੋਮੀਨੇਸ਼ਨ ਦਾ ਲਾਸਟ ਦਿਨ ਸੀ, ਔਰ ਜਿਹੜਾ ਸਾਡਾ ਬਲਾਕ ਫਾਜ਼ਿਲਕਾ ਇਹਦੇ ਵਿੱਚ ਤਕਰੀਬਨ 2500 ਤੋਂ ਜ਼ਿਆਦਾ NOC ਜਿਹੜੀਆਂ ਦਿੱਤੀਆਂ ਗਈਆਂ,
ਔਰ ਖਾਸ ਗੱਲ ਇਹ ਰਹੀ, ਸਾਡੀ ਅਫਸਰਾਂ ਨੂੰ ਇਹੀ ਅਸੀਂ ਕਿਹਾ ਸੀਗਾ ਕਿ ਕਿਸੇ ਨੂੰ ਨਾ ਨਹੀਂ ਕਰਨੀ NOC, ਚੁੱਲ੍ਹਾ ਟੈਕਸ, ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਉਹਨਾਂ ਨੂੰ ਜਿਹੜੀ ਹੈ ਆਪ ਮਦਦ ਕਰਕੇ ਜਿਹੜੀ ਹੈ ਲੋਕਾਂ ਦੀ ਉਹ ਮੁਹੱਈਆ ਕਰਵਾਈ ਜਾਣ। ਔਰ ਤੁਸੀਂ ਇਹ ਵੇਖਿਆ ਹੋਣਾ ਫਾਜ਼ਿਲਕਾ ਦੇ ਵਿੱਚ ਅਫਸਰਾਂ ਨੇ, ਜਿਹੜੇ ਸਾਡੇ ਮੁਲਾਜ਼ਮ ਨੇ ਸਰਕਾਰੀ, ਉਹਨਾਂ ਨੇ ਆਵਾਜ਼ਾਂ ਮਾਰ ਮਾਰ ਕੇ, ਬੁਲਾ ਬੁਲਾ ਕੇ NOC ਜਿਹੜੀਆਂ ਉਹ ਲੋਕਾਂ ਨੂੰ ਦਿੱਤੀਆਂ। ਔਰ ਅੱਜ ਬੜਾ ਹੀ ਸ਼ਾਂਤੀ ਨਾਲ ਜਿਹੜਾ ਨੋਮੀਨੇਸ਼ਨ ਦਾ ਜਿਹੜਾ ਪ੍ਰੋਸੈਸ ਸੀਗਾ ਉਹ ਫਾਜ਼ਿਲਕਾ ਦੇ ਵਿੱਚ ਪੂਰਾ ਹੋਇਆ। ਔਰ ਜਿਹੜਾ ਮੁਲਾਜ਼ਮ ਨੇ, ਜਿਹੜਾ ਸਾਡਾ ਪ੍ਰਸ਼ਾਸਨ ਹੈ, ਬਹੁਤ ਚੰਗਾ ਇਹਨਾਂ ਨੇ ਜਿਹੜਾ ਕੰਮ ਕੀਤਾ। ਔਰ ਜਿਹੜੇ ਸਾਰੇ ਲੋਕ, ਜੋ ਵੀ ਨੋਮੀਨੇਸ਼ਨ ਕੋਈ ਆਪਦੀ ਫਾਈਲ ਭਰਨ ਆਇਆ ਸੀ, ਤਾਂ ਉਹਨਾਂ ਸਾਰਿਆਂ ਦੀ ਜਿਹੜੀਆਂ ਫਾਈਲਾਂ ਨੇ ਉਹ ਭਰੀਆਂ ਗਈਆਂ ਨੇ। ਔਰ ਮੈਂ ਅਫਸਰਾਂ ਨੂੰ ਇਹ ਵੀ ਬੇਨਤੀ ਕੀਤੀ ਹੈ, ਜੇ ਕੋਈ ਵੇਖੋ ਕਿਸੇ ਦਾ ਕਾਗਜ਼ ਕੋਈ ਗਲਤ ਲੱਗ ਜਾਂਦਾ, ਕਈ ਵਾਰ ਕੋਈ ਸਾਈਨ ਰਹਿ ਜਾਂਦਾ, ਤਾਂ ਘਰੋਂ ਬੁਲਾ ਕੇ ਉਹਨਾਂ ਦੇ ਜਿਹੜੇ ਕਾਗਜ਼ ਵੀ ਪੂਰੇ ਕਰਾ ਲਏ ਜਾਣ, ਔਰ ਜਿਹੜੇ ਸਾਈਨ ਨੇ ਕੋਈ ਰਹਿ ਜਾਂਦਾ ਕਈ ਵਾਰੀ ਗਲਤੀ ਨਾਲ, ਉਹ ਜਿਹੜੇ ਸਾਰਾ ਕੁਝ ਕਰਵਾ ਲਿਆ ਜਾਵੇ। ਮੈਂ ਕਿਉਂਕਿ ਵੇਖੋ ਚੋਣ ਜਾਬਤਾ ਲੱਗਿਆ, ਚੋਣ ਜਾਬ ਦੇ ਵਿੱਚ ਪ੍ਰਸ਼ਾਸਨ ਦੇ ਹੱਥ ਹੈ ਜਿਹੜਾ ਸਾਰਾ ਇਹ ਪ੍ਰੋਸੈਸ ਹੈ, ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਕੋਈ ਵੀ ਇਹੋ ਜਿਹੀ ਹੈ ਕਮੀ ਰਹਿ ਜਾਂਦੀ ਹੈ ਤਾਂ ਕਿਰਪਾ ਕਰਕੇ ਜਿਹੜਾ ਲੋਕਾਂ ਨੂੰ ਘਰੋਂ ਬੁਲਾਇਆ ਜਾਵੇ ਔਰ ਜਿਹੜੀ ਕਮੀ ਹੈ ਪੂਰੀ ਕਰਵਾ ਲਈ ਜਾਵੇ। ਬੜੀ ਵੱਡੀ ਤਾਦਾਦ ਦੇ ਵਿੱਚ ਅੱਜ ਲੋਕ ਉੱਥੇ ਸੀ ਸਵੇਰ ਤੋਂ ਲੈ ਕੇ ਹੁਣ ਤੱਕ, ਤਾਂ ਹੁਣ ਸਮਾਂ ਖਤਮ ਹੋ ਚੁੱਕਿਆ, ਤਾਂ ਸਮਾਂ ਖਤਮ ਹੋ ਚੁੱਕਿਆ। ਕਈ ਲੋਕਾਂ ਦੀਆਂ ਜਿਹੜੀਆਂ ਹਾਲੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਰਹਿੰਦੇ ਨੇ, ਕਈਆਂ ਦੇ ਕਾਗਜ਼ ਲੇਟ ਬਣੇ ਆ, ਉਹਨਾਂ ਦੇ ਵੀ ਹਾਲੇ ਦਾਖਲ ਕੀਤੀਆਂ ਜਾਣੀਆਂ। ਦੇਖੋ ਜਿਹੜੇ ਸਾਡੇ ਉੱਥੇ ਪ੍ਰਸ਼ਾਸਨ ਹੈ, ਜਿਹਨਾਂ ਦੀ ਡਿਊਟੀਆਂ ਲੱਗੀਆਂ ਨੇ, ਉਹ ਬੈਠੇ ਉੱਥੇ, ਜਿਹੜਾ ਸਾਡਾ MR ਕਾਲਜ ਉਹ ਜਿਹੜਾ ਬਣਿਆ ਸੀਗਾ, ਉੱਥੇ ਕਾਗਜ਼ ਭਰਨ ਲਈ ਜਗ੍ਹਾ ਬਣਾਈ ਗਈ ਸੀ, ਉਹ ਹਜੇ ਵੀ ਅਫਸਰ ਜਿਹੜੇ ਨੇ ਬੈਠੇ ਨੇ। ਔਰ ਜਦੋਂ ਤੱਕ ਲਾਸਟ ਫਾਈਲ ਜਿਹੜੀ ਉੱਥੇ ਭਰੀ ਨਹੀਂ ਜਾਂਦੀ, ਉਦੋਂ ਤੱਕ ਸਾਰੇ ਅਫਸਰ ਉੱਥੇ ਬੈਠੇ ਰਹਿਣਗੇ। ਔਰ ਇੱਕ ਇੱਕ ਜਿਹੜਾ ਕੋਈ ਵੀ ਜਿਹੜਾ ਸਾਡਾ ਫਾਜ਼ਿਲਕਾ ਹਲਕੇ ਦਾ ਵਾਸੀ ਹੈ, ਕੋਈ ਵੀ ਚੋਣ ਲੜਨਾ ਚਾਹੁੰਦਾ, ਸਰਪੰਚ ਦੀ ਚੋਣ ਲੜਨਾ ਚਾਹੁੰਦਾ, ਚਾਹੇ ਪੰਚ ਦੀ ਚੋਣ ਲੜਨਾ ਚਾਹੁੰਦਾ, ਕੋਈ ਮਰਜ਼ੀ ਹੈ, ਹਰ ਇੱਕ ਦਾ ਜਿਹੜਾ ਉੱਥੇ ਫਾਈਲ ਹੈ ਲੈ ਕੇ ਭਰੀ ਜਾਊਗੀ। ਔਰ ਜਿੰਨਾ ਮਰਜ਼ੀ ਦੇਰ ਲੱਗੇ, ਅਫਸਰ ਸਾਹਿਬਾਨ ਨੇ ਜਿਹੜੇ ਪ੍ਰਸ਼ਾਸਨ ਸਾਰਿਆਂ ਨਾਲ ਵੇਖੋ ਬੜਾ ਵਧੀਆ ਉਹਨਾਂ ਨੇ ਉੱਥੇ ਸਾਰੇ ਲੋਕਾਂ ਨਾਲ ਬਿਹੇਵੀਅਰ ਰਿਹਾ ਅੱਜ। ਔਰ ਲੋਕਾਂ ਨੇ ਵੀ ਇਸ ਚੀਜ਼ ਦੀ ਜਿਹੜੀ ਹੈ ਸ਼ਲਾਘਾ ਕੀਤੀ ਹੈ ਕਿ ਜਿਹੜਾ ਫਾਜ਼ਿਲਕਾ ਦੇ ਵਿੱਚ ਬਹੁਤ ਵਧੀਆ ਜਿਹੜਾ ਪ੍ਰੋਸੈਸ ਹੈ, ਜਿਹੜਾ ਨੋਮੀਨੇਸ਼ਨ ਦਾ, ਉਹ ਪੂਰਾ ਹੋ ਰਿਹਾ। ਔਰ ਇਹ ਆਮ ਲੋਕਾਂ ਦੀ ਸਰਕਾਰ ਹੈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ। ਸਾਨੂੰ ਲੋਕਾਂ ਨੇ ਵੇਖੋ, ਮੈਂ ਛੋਟੀ ਜਿਹੀ ਉਮਰ ਦੇ ਵਿੱਚ 63,000 ਦੇ ਕਰੀਬ ਲੋਕਾਂ ਨੇ ਵੋਟਾਂ ਪਾਈਆਂ, ਇੱਕ ਬਹੁਤ ਖੁੱਲ੍ਹ ਕੇ ਮੈਂ ਕਹਿੰਦਾ ਵੋਟਾਂ ਪਾਈਆਂ ਹਿਸਟਰੀ ਦੇ ਵਿੱਚ, ਕਦੇ ਨਹੀਂ ਹੋਇਆ ਫਾਜ਼ਿਲਕਾ ਕਦੇ ਨਹੀਂ ਹੋਇਆ ਕਿਸੇ ਵੀ ਕੈਂਡੀਡੇਟ ਨੂੰ ਜਾਂ ਕਿਸੇ ਵੀ MLA ਨੂੰ ਇੰਨੀ ਵੋਟ ਪਈ ਹੋਵੇ। ਤਾਂ ਮੈਂ ਵੀ ਇਹ ਜਿਹੜੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਲੋਕਾਂ ਨੂੰ ਵੀ ਖੁੱਲ੍ਹ ਕੇ ਇਲੈਕਸ਼ਨ ਲੜਨ ਦੇਣਾ ਜੀ, ਆਪਾਂ ਕਿਸੇ ਨਾਲ ਕੋਈ ਧੱਕਾ ਨਹੀਂ ਆਉਣ ਦੇਣਾ। ਕੋਈ ਮਰਜ਼ੀ ਇੱਥੇ ਫਾਜ਼ਿਲਕਾ ਦੇ ਵਿੱਚ ਜੋ ਇਲੈਕਸ਼ਨ ਲੜਨਾ ਚਾਹੁੰਦਾ ਹੈ, ਚਾਹੇ ਪੰਚ ਦਾ ਚਾਹੇ ਸਰਪੰਚ ਦਾ, ਲੜ ਸਕਦਾ ਹੈ, ਲੜ ਸਕਦਾ, ਕਿਉਂਕਿ ਵੇਖੋ ਇਹ ਭਾਈਚਾਰਕ ਸਾਂਝ ਮਜ਼ਬੂਤ ਰਹਿਣੀ ਚਾਹੀਦੀ ਹੈ। ਔਰ ਇਹ ਇਲੈਕਸ਼ਨ ਪਿੰਡ ਲੈਵਲ ਦਾ ਹੁੰਦਾ ਹੈ, ਪਿੰਡ ਲੈਵਲ ਦੇ ਜਿਹੜੇ ਲੋਕ ਚਾਹੁੰਦੇ ਨੇ ਉਹਨੂੰ ਸਰਪੰਚ ਬਣਾ ਲੈਣ। ਸਾਡੀ ਜਿਹੜੀ ਹੈ, ਮੈਂ ਇਹ ਸਿਆਸੀ ਜਿਹੜੀ ਕੋਈ ਵੀ ਦਖਲਅੰਦਾਜ਼ੀ ਹੈ ਉਹ ਇਸ ਇਲੈਕਸ਼ਨ ਦੇ ਵਿੱਚ ਬਿਲਕੁਲ ਨਹੀਂ। ਹਾਂ, ਸ਼ੁਰੂ ਤੋਂ ਜਿਵੇਂ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਮਾਹੌਲ ਬਹੁਤ ਗਰਮਾਇਆ ਹੋਇਆ, ਫਿਰੋਜ਼ਪੁਰ ਦੇ ਵਿੱਚ ਵੀ ਪਿਛਲੇ ਦਿਨੀ ਗੋਲੀਆਂ ਚੱਲਣ ਨੂੰ ਵੇਖਣ ਨੂੰ ਮਿਲੀਆਂ, ਇਸ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਬਹੁਤ ਜ਼ਿਆਦਾ ਡਰ ਸੀ ਕਿ ਆਮ ਆਦਮੀ ਪਾਰਟੀ ਫਾਜ਼ਿਲਕਾ ਦੇ ਵਿੱਚ ਵੀ, ਫਾਜ਼ਿਲਕਾ ਬਲਾਕ ਦੇ ਵਿੱਚ ਵੀ ਧੱਕੇਸ਼ਾਹੀ ਕਰੂਗੀ, ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਸੀ। ਪਰ ਅੱਜ ਲੋਕਾਂ ਦੇ ਚਿਹਰੇ 'ਤੇ, ਜਦੋਂ ਸ਼ਾਮ ਨੂੰ ਅਸੀਂ ਵੀ ਗਰਾਊਂਡ ਜ਼ੀਰੋ 'ਤੇ ਗਏ, ਲੋਕਾਂ ਦੇ ਚਿਹਰੇ 'ਤੇ ਖੁਸ਼ੀ ਵੇਖਣ ਨੂੰ ਮਿਲੀ, ਲੋਕ ਪਬਲਿਕ ਦੇ ਨਾਲ ਗੱਲਬਾਤ ਕੀਤੀ, ਤਾਂ ਉਹਨਾਂ ਨੂੰ ਪੁੱਛਿਆ ਤਾਂ ਇਸ ਗੱਲ ਦਾ ਜਿਹੜਾ ਸਬੂਤ ਪਬਲਿਕ ਨੇ ਵੀ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਕਿ ਫਾਜ਼ਿਲਕਾ ਦੇ ਵਿਧਾਇਕ ਨੇ, ਫਾਜ਼ਿਲਕਾ ਦੇ ਪ੍ਰਸ਼ਾਸਨ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾ, ਪਾਣੀ ਦਾ ਪ੍ਰਬੰਧ ਸੀ, ਪੂਰੀਆਂ ਲਾਈਨਾਂ ਲੱਗੀਆਂ ਹੋਈਆਂ ਸੀ, ਵੀ ਕਿਸੇ ਤਰ੍ਹਾਂ ਦੀ, ਮਤਲਬ ਵੀ ਕਹਿ ਸਕਦੇ ਫਾਜ਼ਿਲਕਾ ਦੇ ਬਲਾਕ ਦੇ ਵਿੱਚ ਪ੍ਰਸ਼ਾਸਨ ਨੂੰ ਵੀ ਪੁੱਛਿਆ, BDPO ਨੂੰ ਵੀ ਪੁੱਛਿਆ, ਪਬਲਿਕ ਨੂੰ ਵੀ ਪੁੱਛਿਆ,
ਵੀ 0% ਕਹਿ ਸਕਦੇ ਵੀ ਇੱਕ ਵੀ ਸ਼ਿਕਾਇਤ ਜਿਹੜੀ ਤੱਕ ਹੁਣ ਤੱਕ ਜਿਹੜੀ ਨਹੀਂ ਆਈ ਹੈ। ਤੁਸੀਂ ਦੇਖਿਆ ਹੁਣ ਅੱਜ ਸਾਡੇ ਜਿਹੜੇ ਬਲਾਕ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹ ਵੀ ਅੱਜ ਲਾਈਨਾਂ ਵਿੱਚ ਲੱਗੇ ਹੋਏ, ਲਾਈਨਾਂ 'ਚ ਲੱਗੇ ਹੋਏ। ਸਾਡੇ ਜਿਹੜੇ ਸੀਨੀਅਰ ਆਗੂ ਸਾਹਿਬਾਨ ਨੇ ਉਹ ਵੀ ਅੱਜ ਵੇਖੋ ਲਾਈਨਾਂ 'ਚ ਲੱਗੇ ਹੋਏ ਸੀ। ਤਾਂ ਮੈਂ ਸਾਰਿਆਂ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਗੂ ਸਾਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਆਪਾਂ ਅੱਜ ਵੇਖੋ ਜਿਹੜਾ ਇਲੈਕਸ਼ਨ ਹੈ ਬਿਲਕੁਲ ਸਾਫ਼ ਸੁਥਰਾ ਸਹੀ ਤਰੀਕੇ ਨਾਲ ਆਪਾਂ ਪ੍ਰਸ਼ਾਸਨ ਦੀ ਮਦਦ ਕਰਨੀ, ਇਲੈਕਸ਼ਨ ਹੋਣ ਦੇਣਾ। ਤਾਂ ਸਾਰੇ ਵਰਕਰਾਂ ਦੀ ਮੈਂ ਸ਼ਲਾਘਾ ਕਰਦਾ, ਉਹਨਾਂ ਨੇ ਸਾਰਿਆਂ ਨੇ ਵੇਖੋ ਬੜੇ ਹੀ ਤਰੀਕੇ ਨਾਲ, ਉਹਨਾਂ ਨੇ ਤਾਂ ਵੇਖੋ ਚਾਹੇ ਕੋਈ ਕਾਂਗਰਸੀ ਪਾਰਟੀ ਦਾ ਸੀਗਾ, ਚਾਹੇ ਕੋਈ ਅਕਾਲੀ ਦਲ ਦਾ, ਚਾਹੇ ਕੋਈ ਬੀਜੇਪੀ ਦਾ, ਵੇਖੋ ਸਾਡੇ ਵਰਕਰ ਅੱਜ ਉਹਨਾਂ ਦੀ ਮਦਦ ਕਰਦੇ ਨਜ਼ਰ ਆਏ। ਗੇਟ ਤੇ ਵੇਖਣ ਨੂੰ ਮਿਲ ਰਿਹਾ ਸੀ ਕੁਝ ਵਰਕਰ ਤੁਹਾਡੇ ਗੇਟ ਤੇ ਖੜੇ ਸੀ, ਮੈਂ ਵੇਖ ਰਿਹਾ ਸੀ ਵੀ ਇਹ ਗੇਟ ਤੇ ਕੀ ਕਰ ਰਿਹਾ। ਉਹ ਕਈਆਂ ਨੂੰ ਵੇਖਣ ਤਾਂ ਐਂ ਲੱਗ ਸੀ ਵੀ ਇਹ ਫਾਈਲਾਂ ਫੜਨਗੇ, ਪਰ ਜਦੋਂ ਉਹ ਸਾਈਡ ਤੇ ਖੜ ਕੇ ਅਸੀਂ ਵੇਖਿਆ ਤਾਂ ਉਹ ਪੁੱਛਦੇ ਸੀ ਅਗਰ ਕਿਸੇ ਦੀ ਫਾਈਲ ਰਹਿੰਦੀ ਹੈ ਤਾਂ ਤੁਸੀਂ ਵੀ ਆ ਕੇ ਭਰੋ। ਇਹ ਦੇਖੋ ਮੈਂ ਉਹੀ ਕਹਿੰਦਾ ਵੀ ਇੱਕ ਮੇਰੀ ਬੇਨਤੀ ਕੀਤੀ ਮੈਂ ਵਰਕਰਾਂ ਨੂੰ, ਤੇ ਵਰਕਰਾਂ ਨੇ ਇੰਨਾ ਵਧੀਆ ਜਿਹੜਾ ਪ੍ਰਸ਼ਾਸਨ ਦਾ ਸਾਥ ਦਿੱਤਾ, ਔਰ ਮੈਂ ਤੁਹਾਨੂੰ ਦੱਸਿਆ ਕਿਹੜੀ ਮਰਜ਼ੀ ਪਾਰਟੀ ਦਾ ਸੀਗਾ, ਸਾਡੇ ਵਰਕਰਾਂ ਨੇ ਹੈਲਪ ਕੀਤੀ। ਵੇਖੋ ਜੇ ਕਿਸੇ ਨੂੰ ਕੋਈ ਕਮੀ ਹੈ ਤਾਂ ਉਹ ਅਸੀਂ ਤੁਹਾਡੀ ਹੈਲਪ ਕਰਦੇ ਹਾਂ, ਕਿਉਂਕਿ ਮੈਂ ਇਹ ਸਮਝਾਇਆ ਸਾਰਿਆਂ ਨੂੰ, ਚੋਣ ਆਪਾਂ ਸਾਰਿਆਂ ਨੂੰ ਲੜਨ ਦਈਏ, ਇਹ ਲੋਕ ਕੋਈ ਬੰਨੇ ਤਾਂ ਹੈ ਨਹੀਂ ਕਿਸੇ ਪਾਸੇ, ਆਪਾਂ ਇਲੈਕਸ਼ਨ ਲੜਨ ਦਈਏ। ਜੇ ਉਹ ਦੂਸਰੀਆਂ ਪਾਰਟੀਆਂ ਨਾਲ ਆਪਾਂ ਵੇਖੋ ਉਹਨਾਂ ਨਾਲ ਚੰਗਾ ਵਿਹਾਰ ਕਰਾਂਗੇ ਤਾਂ ਆਪਣੇ ਨਾਲ ਆ ਜਾਣਗੇ ਚੰਗੇ ਲੋਕ ਨੇ ਜਿਹੜੇ, ਤਾਂ ਆਪਾਂ ਸਾਰੇ ਜਿਹੜੇ ਨੇ ਫਾਜ਼ਿਲਕਾ ਦੇ ਵਿੱਚ ਆਪਾਂ ਵਧੀਆ ਇਲੈਕਸ਼ਨ ਕਰਾਈਏ। ਤਾਂ ਉਹ ਸਾਰੇ ਜਿਹੜੇ ਅੱਜ ਮੈਂ ਸਮਝਦਾ ਨੋਮੀਨੇਸ਼ਨ ਦੀ ਪ੍ਰਕਿਰਿਆ ਬਹੁਤ ਹੀ ਸਫਲ ਫਾਜ਼ਿਲਕਾ ਦੇ ਬੜੀ ਚੰਗੀ ਹੋਈ ਹੈ। ਤਾਂ ਮੈਂ ਸਾਰਿਆਂ ਨੇ ਜਿੰਨਿਆਂ ਨੇ ਵੀ ਸਰਪੰਚ ਉਮੀਦਵਾਰ ਜਿਹੜੇ ਨੇ ਜਾਂ ਪੰਚ ਉਮੀਦਵਾਰ ਨੇ ਮੇਰੇ ਹਲਕਾ ਫਾਜ਼ਿਲਕਾ ਦੇ ਪਿੰਡਾਂ, ਮੈਂ ਸਾਰਿਆਂ ਨੂੰ ਆਪਦੇ ਵੱਲੋਂ ਬੈਸਟ ਵਿਸ਼ਿਸ਼ ਦਿੰਦਾ, ਬੈਸਟ ਆਫ ਲੱਕ ਕਹਿੰਦਾ, ਸ਼ਾਂਤੀ ਨਾਲ ਜਿਹੜਾ ਇਲੈਕਸ਼ਨ ਲੜੀਏ। ਔਰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਆਪਾਂ ਸਰਬਸੰਮਤੀਆਂ ਦੇ ਵੱਲ ਜ਼ਿਆਦਾ ਵਧੀਏ। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਉਹਨਾਂ ਨੇ ਬੇਨਤੀ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਸਰਬਸੰਮਤੀ ਪਿੰਡਾਂ ਦੇ ਵਿੱਚ ਕੀਤੀ ਜਾਵੇ। ਔਰ ਜਿਹੜਾ ਪਿੰਡ ਵੇਖੋ ਪਿੰਡ ਦੇ ਵਿੱਚ ਪੰਚਾਇਤ ਸਰਬਸੰਮਤੀ ਨਾਲ ਬਣਾਉਣਗੇ, ਉਹਦੇ 5 ਲੱਖ ਰੁਪਏ ਜਿਹੜਾ ਇੱਕ ਵਿਸ਼ੇਸ਼ ਗ੍ਰਾਂਟ ਦਿੱਤੀ ਜਾਊਗੀ। ਉਸ ਤੋਂ ਇਲਾਵਾ ਕੋਈ ਸਟੇਡੀਅਮ ਹੈ, ਕੋਈ ਸਕੂਲ ਹੈ ਜਾਂ ਕੋਈ ਲਾਇਬ੍ਰੇਰੀ, ਕਿਸੇ ਚੀਜ਼ ਦੀ ਵੀ ਲੋੜ ਹੈ ਤਾਂ ਉਹ ਸਾਰੀਆਂ ਜਿਹੜੀਆਂ ਉਹਨਾਂ ਪਿੰਡਾਂ ਦੇ ਵਿੱਚ ਮੁਹੱਈਆ ਕਰਾਈਆਂ ਜਾਣਗੀਆਂ। ਔਰ ਖੁਸ਼ੀ ਦੀ ਗੱਲ ਵੀ ਹੈ, ਤਕਰੀਬਨ ਜਿਹੜੀ ਮੇਰੇ ਕੋਲ ਹੁਣ ਰਿਪੋਰਟ ਹੈ 10 ਦੇ ਕਰੀਬ ਫਾਜ਼ਿਲਕਾ ਦੇ ਵਿੱਚ ਸਰਬਸੰਮਤੀਆਂ ਹੋ ਚੁੱਕੀਆਂ ਨੇ। ਔਰ ਅੱਜ ਮੈਂ ਫਿਰ ਬੇਨਤੀ ਕਰਾਂਗਾ, ਅਜੇ 2-3 ਦਿਨ ਦਾ ਸਮਾਂ ਪਿਆ ਫਾਈਲਾਂ ਵਾਪਸ ਲੈਣ ਦਾ, ਬੈਠ ਕੇ ਪਿੰਡਾਂ ਵਿੱਚ ਹਜੇ ਵੀ ਸ਼ਾਂਤੀ ਨਾਲ ਭਾਈਚਾਰਕ ਸਾਂਝ ਨਾਲ ਕੋਸ਼ਿਸ਼ ਕਰੀਏ ਕਿ ਆਪਾਂ ਸਰਬਸੰਮਤੀ ਪਿੰਡਾਂ ਦੇ ਵਿੱਚ ਕਰੀਏ ਔਰ ਆਪਦੇ ਪਿੰਡਾਂ ਦਾ ਵਿਕਾਸ ਕਰੀਏ। ਹਾਂ, ਤੁਸੀਂ ਅੱਜ ਗਰਾਊਂਡ ਜ਼ੀਰੋ ਤੇ ਗਏ ਹੋ ਉੱਥੇ ਜਿੱਥੇ ਨਾਮਜ਼ਦਗੀਆਂ ਪੱਤਰ ਦਾਖਲ ਹੋ ਰਹੇ? ਦੇਖੋ ਮੈਂ ਉੱਥੇ ਜਾ ਕੇ ਮੌਕੇ ਤੇ ਦੇਖ ਕੇ ਆਇਆ, ਮੈਂ ਦੇਖਿਆ ਔਰ ਬਹੁਤ ਹੀ ਵਧੀਆ ਸਹੀ ਢੰਗ ਨਾਲ ਚੱਲ ਰਿਹਾ ਸੀ। ਮੈਂ ਲੋਕਾਂ ਨੂੰ ਉੱਥੇ ਮਿਲਿਆ ਵੀ ਹਾਂ, ਆਪਣੇ ਬਾਹਰਲੇ ਪਾਸੇ ਜਿੱਥੇ ਨੋਮੀਨੇਸ਼ਨ ਦੀ ਬਾਹਰਲੇ ਪਾਸੇ ਲੋਕਾਂ ਨੂੰ ਮਿਲ ਕੇ, ਚਾਹੇ ਕੋਈ ਸੀਗੇ, ਮੈਂ ਸਾਰਿਆਂ ਨੂੰ ਮਿਲਿਆ। ਮੈਂ ਸਾਰਿਆਂ ਨੂੰ ਪੁੱਛਿਆ ਕੋਈ ਕਿਸੇ ਨੂੰ ਤਕਲੀਫ ਦੱਸੋ ਹੈ ਤਾਂ, ਕੋਈ ਕਿਸੇ ਤਰ੍ਹਾਂ ਦੀ ਕਮੀ ਹੈ ਜਾਂ ਕੁਛ ਵੀ ਹੈ, ਤਾਂ ਸਾਰੇ ਲੋਕ ਸੈਟਿਸਫਾਈ ਸੀਗੇ ਕਿ ਬਹੁਤ ਵਧੀਆ ਜਿਹੜੀ ਪ੍ਰਕਿਰਿਆ ਉਹ ਫਾਜ਼ਿਲਕਾ ਦੇ ਵਿੱਚ ਹੋਈ ਹੈ। ਤਾਂ ਮੈਂ ਲੋਕਾਂ ਦਾ ਵੀ, ਜਿਹੜੇ ਲੋਕਾਂ ਨੇ ਵੀ ਬੜਾ ਸਾਥ ਦਿੱਤਾ, ਵੇਖੋ ਸਹਿਣ ਸ਼ਕਤੀ ਬਣਾਈ ਰੱਖੀ ਸਹਿਣਸ਼ੀਲਤਾ ਦੇ ਨਾਲ ਅੱਜ ਜਿਹੜਾ, ਕਿਉਂਕਿ ਲੋਕ ਵੀ ਸਾਰੇ ਮਾਹੌਲ ਦੇ ਵਿੱਚ ਅੱਜ ਦਾ ਜਿਹੜਾ ਪੂਰਾ ਸਾਰੇ ਲੋਕਾਂ ਨੂੰ, ਕਈਆਂ ਨੂੰ ਮਨ ਦੇ ਵਿੱਚ ਡਰ ਵੀ ਸੀਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਰਿਹਾ, ਸ਼ਾਇਦ ਲੋਕ ਡਰੇ ਹੋਏ ਹੁੰਦਾ ਰਿਹਾ, ਤਾਂ ਉਹ ਲੋਕਾਂ ਦੇ ਮਾਈਂਡ ਦੇ ਵਿੱਚ ਹੁੰਦਾ। ਤਾਂ ਲੋਕ ਵੀ ਕਈ ਵਿਚਾਰੇ, ਮੈਂ ਤਾਂ ਦੇਖ, ਮੈਨੂੰ ਜਿਵੇਂ ਪਤਾ ਲੱਗਿਆ ਸਵੇਰੇ 5-5 ਵਜੇ ਦੇ ਲਾਈਨਾਂ ਦੇ ਵਿੱਚ ਲੱਗੇ ਸੀ, ਤਾਂ ਮੈਂ ਸਾਰਿਆਂ ਨੂੰ ਹੌਸਲਾ ਦਿੱਤਾ ਕੋਈ ਗੱਲ ਨਹੀਂ, ਲਾਸਟ ਕੋਈ ਵੀ ਬੰਦਾ ਲਾਸਟ ਤੱਕ ਜਿਹੜਾ ਇਹ ਅਫਸਰ ਸਾਹਿਬਾਨ ਜਿਹੜਾ ਪ੍ਰਸ਼ਾਸਨ ਹੈ ਉਹਦੀ ਫਾਈਲਾਂ ਜਿਹੜੀਆਂ ਭਰ ਕੇ ਜਾਣਗੇ, ਭਰਾ ਕੇ ਜਾਣਗੇ, ਕੋਈ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ। ਤਾਂ ਲੋਕਾਂ ਨੇ ਵੀ ਬੜਾ, ਵੇਖੋ ਸਾਡਾ, ਮੈਂ ਕਹਿੰਦਾ ਵੀ ਸਰਕਾਰ ਦਾ ਧੰਨਵਾਦ ਕੀਤਾ, ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ। ਔਰ ਅੱਜ ਇੱਕ ਮੈਂ ਕਹਿੰਦਾ ਲੋਕਤੰਤਰ ਦਾ
ਬਹੁਤ ਵਧੀਆ ਸੁਨੇਹਾ ਫਾਜ਼ਿਲਕਾ ਦੇ ਵਿੱਚ ਗਿਆ, ਬਹੁਤ ਵਧੀਆ। ਮੈਨੂੰ ਵੀ ਰਾਤ ਮੇਰਾ ਇੱਕ ਦੋਸਤ ਹੈ ਸੀਐਮ ਹਾਊਸ, ਸੀਐਮ ਸਾਹਿਬ ਦੇ ਬਹੁਤ ਕਲੋਜ਼ ਨੇ, ਤਾਂ ਉਹਨਾਂ ਨੇ ਵੀ ਕੋਈ ਵੀਡੀਓ ਵੇਖੀ ਸੀ, ਕਹਿੰਦੇ ਵੀ ਫਾਜ਼ਿਲਕਾ ਨੇ ਤਾਂ ਬੱਲੇ ਬੱਲੇ ਕਰਾਤੀ ਵੀ ਕਿ ਫਾਜ਼ਿਲਕਾ ਦੇ ਵਿੱਚ ਵਾਜਾਂ ਮਾਰ ਮਾਰ ਕੇ, ਕੋਈ BDPO ਦਫ਼ਤਰ ਦੀ ਕੋਈ ਵੀਡੀਓ ਵਾਇਰਲ ਹੋਈ ਕਿ ਇੱਕ ਕਰਮਚਾਰੀ ਵਾਜਾਂ ਮਾਰ ਰਿਹਾ ਵੀ ਆ ਜਾਓ ਤੁਸੀਂ ਸਾਰੇ NOC ਲੈ ਲਓ, NOC ਲੈ ਲਓ, ਵਾਜਾਂ ਮਾਰ ਮਾਰ ਕੇ ਜਿਹੜੀ NOC ਦਿੱਤੀਆਂ ਜਾਂਦੀਆਂ ਨੇ। ਅੱਗੇ ਗੱਲਬਾਤ ਕਰਦੇ ਹਾਂ ਪੰਚਾਇਤੀ ਚੋਣਾਂ ਦੇ ਵਿੱਚ। ਆਮ ਤੌਰ 'ਤੇ ਆਪਾਂ ਪਿੱਛੇ ਵੇਖਿਆ ਕਿ ਸ਼ਰਾਬ ਦਾ ਮੁੱਦਾ, ਪੋਸਟ ਦਾ ਮੁੱਦਾ, ਅਫੀਮ ਦਾ ਮੁੱਦਾ ਬਹੁਤ ਜ਼ਿਆਦਾ ਮਿਲਦਾ, ਵੋਟਾਂ ਮੁੱਲ ਵੇਚਣ ਦਾ ਬਹੁਤ ਮੁੱਦਾ ਬਣਦਾ। ਤਾਂ ਉਸ ਦੇ ਚੱਲਦੇ ਤੁਸੀਂ ਜਿਹੜੇ ਉਮੀਦਵਾਰ ਨੇ, ਵੋਟਰ ਨੇ, ਸਾਰਿਆਂ ਨੂੰ ਕੀ ਅਪੀਲ ਕੀ ਕਰਦੇ ਹੋ? ਮੈਂ ਤਾਂ ਉਮੀਦਵਾਰਾਂ ਨੂੰ ਇਹ ਅਪੀਲ ਕਰਾਂਗਾ, ਵੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ। ਇਸ ਸਰਕਾਰ ਦੇ ਵਿੱਚ ਜੋ ਵੀ ਫੰਡ ਪੰਚਾਇਤਾਂ ਨੂੰ ਵਿਕਾਸ ਲਈ ਮਿਲੂਗਾ ਤਾਂ ਉਹਦਾ ਇੱਕ ਰੁਪਿਆ ਜਿਹੜਾ ਵਿਕਾਸ 'ਤੇ ਸਾਡੀ ਸਰਕਾਰ ਲਵਾਊਗੀ। ਕੋਈ ਇਹ ਨਾ ਸੋਚੇ ਕਿ ਅਸੀਂ ਜਿਹੜੇ ਫੰਡ ਜਿਹੜੇ ਵਿਕਾਸ ਲਈ ਆਉਣਗੇ ਉਹਨਾਂ ਦਾ ਕੋਈ ਦੁਰਵਰਤੋਂ ਕਰਾਂਗੇ ਜਾਂ ਉਹ ਲਾਉਣੇ ਨਹੀਂ ਜਾਂ ਉਹ ਜੋ ਪੰਜਾਬੀ 'ਚ ਕਹਿੰਦੇ ਆ ਫੰਡ ਆਇਆ ਤਾਂ ਖਾ ਗਿਆ, ਉਹ ਜਿਹਾ ਕੰਮ ਬਿਲਕੁਲ ਨਹੀਂ ਹੋਣਾ। ਤਾਂ ਜਿਹਨੇ ਵੀ ਕੋਈ ਜੋ ਵੀ ਇਲੈਕਸ਼ਨ ਲੜ ਰਿਹਾ ਆਪਦੇ ਮਾਇੰਡ 'ਚ ਇਹ ਜ਼ਰੂਰ ਰੱਖੇ ਕਿ ਵਿਕਾਸ ਜੋ ਵੀ ਫੰਡ ਆਉਣਗੇ ਵਿਕਾਸ ਅਸੀਂ ਪਿੰਡ ਦਾ ਕਰਨਾ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ ਅਸੀਂ ਪਿੰਡਾਂ ਦਾ ਵਿਕਾਸ ਕਰਨਾ। ਔਰ ਜਿਹੜੇ ਪਿੱਛੇ ਚੱਲਦਾ ਰਿਹਾ ਆਪਣੇ ਲੋਕ ਕਈ ਸ਼ਰਾਬ ਵੰਡਦੇ ਆ, ਕਈ ਬੜੀਆਂ ਵੀਡੀਓ ਵਾਇਰਲ, ਮੈਂ ਸਮਝਦਾ ਬੜੀਆਂ ਚੀਜ਼ਾਂ ਨੇ ਜਿਹੜੀਆਂ ਲੋਕ ਵਰਤਦੇ ਨੇ ਵੋਟਾਂ ਲੈਣ ਖਾਤਰ, ਉਹ ਬਿਲਕੁਲ ਨਾ ਕੀਤਾ ਜਾਏ ਔਰ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਭਾਈਚਾਰੇ ਦੇ ਨਾਲ ਜਿਹੜਾ ਇਲੈਕਸ਼ਨ ਲੜਿਆ ਜਾਵੇ। ਔਰ ਮੈਂ ਵੋਟਰਾਂ ਨੂੰ ਵੀ ਬੇਨਤੀ ਕਰਾਂਗਾ ਤੁਸੀਂ ਵੀ ਜਿਹੜਾ ਸ਼ਰਾਬ ਹੈ ਜਾਂ ਪੈਸੇ ਦੇ ਲਾਲਚ ਆ ਕੇ ਕੋਈ ਇਹੋ ਜਿਹੇ ਵੀ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਓ, ਸਾਫ਼ ਸੁਥਰੇ ਜਿਹੜੇ ਉਮੀਦਵਾਰ ਨੂੰ ਕੈਂਡੀਡੇਟ ਨੂੰ ਵੋਟਾਂ ਪਾਓ। ਤੁਸੀਂ ਦੇਖਿਆ ਹੀ ਉਹਨਾਂ ਜਿਹੜੇ ਪੈਸੇ ਲਗਾ ਕੇ ਜਿਹੜਾ ਇਲੈਕਸ਼ਨ ਜਿੱਤਦੇ ਨੇ ਤੇ ਕੱਲ ਨੂੰ ਲੋਕ ਉਹਨਾਂ ਦੀ ਗੱਲ ਵੀ ਨਹੀਂ ਸੁਣਦੇ, ਗੱਲ ਵੀ ਨਹੀਂ ਸੁਣਦੇ। ਆਪਾਂ ਆਮ ਹੀ ਦੇਖਦੇ ਹਾਂ ਲੋਕ ਫਿਰ ਉਹੀ ਲੋਕ ਆਪਦੀਆਂ ਸਾਡੇ ਕੋਲ ਆਉਂਦੇ ਜੀ ਅਸੀਂ ਇਹਨੂੰ ਵੋਟਾਂ ਪਾਈਆਂ ਸੀ ਤਾਂ ਜੋ ਕੁਛ ਵੀ ਹੈ ਆਪਾਂ ਦੇਖਦੇ ਹਾਂ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਉਹੀ ਲੋਕ ਫਿਰ ਪਰੇਸ਼ਾਨ ਹੁੰਦੇ, ਪਰੇਸ਼ਾਨ ਹੁੰਦੇ। ਤਾਂ ਸਾਫ਼ ਸੁਥਰਾ ਜਿਹੜਾ ਸਾਫ਼ ਅਕਸ ਵਾਲਾ ਜਿਹੜਾ ਇਮਾਨਦਾਰ ਹੈ ਜਿਹੜਾ ਪਿੰਡ ਦੀ ਸੇਵਾ ਕਰਨ ਵਾਲਾ, ਮੇਰੀ ਇਹੀ ਅਪੀਲ ਹੈ ਉਹਨੂੰ ਜਿਹੜਾ ਚੁਣਿਆ ਜਾਵੇ। ਹਾਂ ਪਿਛਲੇ ਕਈ ਸਾਲ ਪਹਿਲਾਂ ਇੱਕ ਪਿੰਡ ਦੇ ਵਿੱਚ ਸਰਪੰਚੀ ਹੋਈ ਸੀ ਤਾਂ ਉੱਥੇ ਪਿਛਲੇ ਦਿਨ ਹੀ ਕਿਸੇ ਇੱਕ ਨਿੱਜੀ ਚੈਨਲ ਨੇ ਉੱਥੇ ਇੱਕ ਪਿੰਡ ਦੀ ਸੱਥ ਦਾ ਪ੍ਰੋਗਰਾਮ ਕਰਵਾਇਆ ਸੀ ਤੇ ਇੱਕ ਨੌਜਵਾਨ ਨੇ, ਤੁਹਾਡੀ ਗੱਲ ਨੂੰ ਅੱਗੇ ਤੋਰਿਆ, ਨੌਜਵਾਨ ਨੇ ਇੱਕ ਸਰਪੰਚ ਤੇ ਐਲੀਗੇਸ਼ਨ ਲਗਾਇਆ ਕਿ 10 ਸਾਲ ਪਹਿਲਾਂ ਇਹ ਸਰਪੰਚ ਸੀ ਤੇ ਪਿੰਡ ਦੀ ਸਾਰੀ ਗ੍ਰਾਂਟ ਖਾ ਗਿਆ। ਤਾਂ ਉਹਨੇ ਖੜਾ ਹੋ ਕੇ ਕਿਹਾ ਵੀ ਮੈਂ ਪਿੰਡ ਦੀ ਗ੍ਰਾਂਟ ਖਾਧੀ ਏ, ਮੈਂ ਸ਼ਰੇਆਮ ਖਾਧੀ ਏ, ਕਹਿੰਦਾ ਕਿਉਂਕਿ ਜਦੋਂ ਮੈਂ ਸਰਪੰਚ ਬਣਿਆ ਸੀ ਇਹਨਾਂ ਨੇ ਮੇਰੇ ਤੋਂ ਸ਼ਰਾਬ ਮੰਗੀ, ਮੈਂ ਵੰਡਤੀ, ਇਹਨਾਂ ਨੇ ਮੇਰੇ ਤੋਂ ਮੱਧ ਪ੍ਰਦੇਸ਼ ਦੀ ਭੁੱਕੀ ਮੰਗੀ, ਮੈਂ ਉੱਥੋਂ ਭੁੱਕੀ ਲਿਆ ਕੇ ਮੇਰੇ ਘਰੇ ਚੱਕੀ ਚੱਲਦੀ ਰਹੀ, ਮੈਂ ਭੁੱਕੀ ਵੀ ਵੰਡੀ। ਉਹ ਕਹਿੰਦਾ ਮੇਰੇ ਪਿਓ ਨੇ ਬੜੇ ਰੀਝ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਪੈਸਾ ਜੋੜਿਆ ਸੀ, ਉਹ ਪੈਸਾ ਪਿੰਡ ਦੇ ਲੋਕਾਂ ਨੇ ਲਵਾਤਾ ਦਾਰੂ ਨਸ਼ੇ ਤੇ ਪੋਸਟ ਤੇ, ਕਹਿੰਦਾ ਜਦੋਂ ਗ੍ਰਾਂਟ ਆਈ ਉਹੀ ਗ੍ਰਾਂਟ ਮੈਂ ਖਾ ਗਿਆ, ਮੈਂ ਇਹਨਾਂ ਦਾ ਵਿਕਾਸ ਨਹੀਂ ਕੀਤਾ। ਗੱਲ ਉਹੀ ਹੈ ਕਿ ਅਗਰ ਤੁਸੀਂ ਸਾਫ਼ ਸੁਥਰਾ ਸਰਪੰਚ ਚੁਣੋਗੇ, ਕਿਸੇ ਕੋਲ ਪੈਸੇ ਨਹੀਂ ਲਓਗੇ, ਸ਼ਰਾਬ ਨਾ ਪੀਓਗੇ, ਉਹਦਾ ਖਰਚਾ ਘੱਟ ਤੋਂ ਘੱਟ ਹੋਏਗਾ ਤਾਂ ਵੱਧ ਤੋਂ ਵੱਧ ਪਿੰਡ ਦੇ ਵਿਕਾਸ ਕਰੇਗਾ। ਉਹਦੇ ਉਹਨਾਂ ਜਿਹੜਾ ਉਹ ਸਰਪੰਚ ਬਣਿਆ ਉਹਦੇ ਵਾਸਤੇ ਵੀ ਗਲਤ ਗੱਲ ਹੈ, ਤੁਸੀਂ ਕਿਉਂ ਐਵੇਂ ਲੋਕਾਂ ਦੇ ਵਿੱਚ ਲਾਲਚ ਪਾਉਂਦੇ ਹੋ, ਇਹੋ ਜਿਹੇ ਚੀਜ਼ਾਂ ਦਾ ਲਾਲਚ ਦਿੰਦੇ ਹੋ? ਮੈਂ ਤਾਂ ਸਮਝਦਾ ਉਹਦੇ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਮੰਨਿਆ ਤਾਂ ਉਹ ਇਸ ਗੱਲ ਦਾ ਵੇਖੋ ਆਪ ਗੁਨਾਹਗਾਰ ਹੈ, ਉਹਨੇ ਪੈਸਾ ਵੰਡਿਆ ਜਾਂ ਕੋਈ ਭੁੱਕੀ ਤੁਸੀਂ ਕਹਿ ਰਹੇ ਹੋ ਵੰਡੀ ਹੈ ਤਾਂ ਆਪ ਮੰਨ ਰਿਹਾ, ਬੰਦੇ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜੋ ਕਹਿ ਰਿਹਾ ਮੈਂ ਗ੍ਰਾਂਟ ਖਾਧੀ ਹੈ, ਵੇਖੋ ਸਾਫ਼ ਕਹਿ ਰਿਹਾ ਤੇ ਬੰਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਮੈਂ ਇਹੀ ਫਿਰ ਮੈਂ ਬੇਨਤੀ ਕਰਾਂਗਾ ਕੋਈ ਵੀ ਇਹੋ ਮਨ ਦੇ ਵਿੱਚ ਨਾ ਲੈ ਕੇ ਆਵੇ ਕਿ ਪੈਸੇ ਨਾਲ ਵੋਟਾਂ ਲੈ ਲਾਂਗੇ ਤੇ ਉਸ ਤੋਂ ਬਾਅਦ ਜੇ ਕੋਈ ਗ੍ਰਾਂਟ ਆਊਗੀ ਅਸੀਂ ਉਹ ਗ੍ਰਾਂਟ ਜਿਹੜੀ ਇਹ ਦੁਰਵਰਤੋਂ ਕਰਕੇ ਘਰ ਲਗਾ ਲਾਂਗੇ ਜਾਂ ਕੁਛ ਵੀ ਹੈ, ਉਹ ਬਿਲਕੁਲ ਨਹੀਂ ਆਉਣ ਦੇਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ। ਫਾਜ਼ਿਲਕਾ ਜਿਹੜਾ ਸਾਡਾ ਬਹੁਤ ਹੀ ਸ਼ਾਂਤਮਈ ਭਾਈਚਾਰਕ ਸਾਂਝ ਵਾਲਾ ਸਾਡਾ ਜਿਹੜਾ ਏਰੀਆ ਹੈ
ਔਰ ਅੱਜ ਤੁਸੀਂ ਵੇਖ ਲਓ ਫਾਜ਼ਿਲਕਾ ਹੈ ਚਾਹੇ ਕੋਈ ਵੀ ਏਰੀਆ, ਬਹੁਤ ਹੀ ਸ਼ਾਂਤਮਈ ਢੰਗ ਨਾਲ ਜਿਹੜੀ ਹੈ ਨੋਮੀਨੇਸ਼ਨ ਦੀ ਪ੍ਰਕਿਰਿਆ ਜਿਹੜੀ ਪੂਰੀ ਹੋ ਰਹੀ ਹੈ। ਤਾਂ ਇਹ ਸਨ ਫਾਜ਼ਿਲਕਾ ਦੇ ਵਿਧਾਇਕ। ਮੇਨ ਇਹਨਾਂ ਦਾ ਟੀਚਾ ਹੈ ਕਿ ਵੱਧ ਤੋਂ ਵੱਧ ਸਰਮ ਸੰਮਤੀਆਂ ਕੀਤੀਆਂ ਜਾਣ, ਨਸ਼ਾ ਨਾ ਵੰਡਿਆ ਜਾਵੇ, ਨਸ਼ਾ ਮੁਕਤ ਜਿਹੜੇ ਹੈ ਪੰਚਾਇਤੀ ਇਲੈਕਸ਼ਨ ਕਰਵਾਏ ਜਾਣ। ਤਾਂ ਇੱਕ ਵੀ ਸ਼ਿਕਾਇਤ ਫਾਜ਼ਿਲਕਾ ਬਲਾਕ ਹੈ ਜਿਹੜਾ ਫਾਜ਼ਿਲਕਾ ਕੰਸਟੀਚੁਐਂਸੀ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਹੈ, ਬਿਲਕੁਲ ਸਾਫ਼ ਸੁਥਰੀਆਂ ਜਿਹੜੀਆਂ ਨਾਮਜ਼ਦਗੀਆਂ ਦਾਖਲ ਹੋਈਆਂ, ਕਿਸੇ ਦਾ ਫਾਰਮ ਰਹਿੰਦਾ ਤੋ ਹਾਲੇ ਵੀ ਜਿਹੜਾ ਸਮਾਂ ਲੰਘਣ ਤੋਂ ਬਾਅਦ ਵੀ ਭਰਿਆ ਜਾ ਰਿਹਾ। ਜੁੜੇ ਹੋਏ ਜਗਬਾਣੀ ਪੰਜਾਬ ਕੇਸਰੀ ਦੇ ਨਾਲ, ਮੈਂ ਸੁਖਵਿੰਦਰ ਥਿੰਦ, ਫਾਜ਼ਿਲਕਾ।